ਸੂਬਾਈ ਵਿਧਾਨ ਸਭਾ ਇਲੈਕਸ਼ਨਾਂ ਦਾ ਦੌਰ ਦਿਨ ਪਰ ਦਿਨ ਸਿਰ ਉੱਪਰ ਮੰਡਰਾ ਰਿਹਾ ਹੈ। ਰਵਾਇਤੀ ਪਾਰਟੀਆਂ ਵੱਲੋਂ ਆਪਣੇ ਆਪਣੇ ਕੈਂਡੀਡੇਟ ਮੈਦਾਨ ਵਿੱਚ ਉਤਾਰ ਦਿੱਤੇ ਗਏ ਹਨ। ਉੱਥੇ ਹੀ ਰਾਮਪੁਰਾ ਤੋਂ ਗੁਰਪ੍ਰੀਤ ਸਿੰਘ ਕਾਂਗੜ ਕਾਂਗਰਸ ਪਾਰਟੀ ਤੋਂ ਮੈਦਾਨ ਵਿੱਚ ਉਤਰੇ। ਸਾਡੇ ਮੀਡੀਆ ਨਾਲ ਗੱਲ ਕਰਦੇ ਹੋਏ ਗੁਰਪ੍ਰੀਤ ਸਿੰਘ ਕਾਂਗੜ ਦੇ ਸਪੋਰਟਰਾਂ ਵੱਲੋਂ ਕਿਹਾ ਗਿਆ ਕਿ ਕਾਂਗੜ ਸਾਹਿਬ ਬਹੁਤ ਵੱਡੇ ਸੋਸ਼ਲ ਵਰਕਰ ਹਨ ਜੋ ਹਰ ਲੋੜਵੰਦ ਲੋਕਾਂ ਦੀ ਵੱਲ ਚੜ ਕੇ ਮਦਦ ਕਰਦੇ ਨੇ। ਸਪੋਰਟਰਾਂ ਵੱਲੋਂ ਕਿਹਾ ਗਿਆ ਕਿ ਰਾਮਪੁਰੇ ਵਿੱਚ ਜੇ ਗੁਰਪ੍ਰੀਤ ਸਿੰਘ ਕਾਂਗੜ ਜਿੱਤ ਗਏ ਤਾਂ ਇਹਨਾਂ ਵੱਲੋਂ ਪਹਿਲ ਦੇ ਆਧਾਰ ਤੇ ਵਿਕਾਸ ਕੀਤੇ ਜਾਣਗੇ। ਇਹਨਾਂ ਵੱਲੋਂ ਕੋਵਿਡ ਸਮੇਂ ਗਰੀਬ ਤੇ ਲੋੜਵੰਦ ਲੋਕਾਂ ਦੀ ਵੱਲ ਚੜ ਕੇ ਮਦਦ ਕੀਤੀ ਗਈ। ਗੁਰਪ੍ਰੀਤ ਸਿੰਘ ਕਾਂਗੜ ਵੱਲੋਂ ਕਿਹਾ ਗਿਆ ਕਿ ਸਾਡੇ ਸਭ ਤੋਂ ਪਹਿਲੇ ਮੁੱਦੇ ਵਿਕਾਸ, ਐਜੂਕੇਸ਼ਨ, ਭ੍ਰਿਸ਼ਟਾਚਾਰ ਖਤਮ ਕਰਨਾ, ਬੇਰੁਜ਼ਗਾਰੀ ਖਤਮ ਕਰਕੇ ਲੋਕਾਂ ਨੂੰ ਰੋਜ਼ਗਾਰ ਦੇਣਾ। ਸਾਡੀ ਪਾਰਟੀ ਆਉਣ ਤੇ ਪਹਿਲ ਦੇ ਆਧਾਰ ਤੇ ਇਹ ਕੰਮ ਮੁਕੰਮਲ ਕੀਤੇ ਜਾਣਗੇ। ਜਿਹੜਾ ਇਹ ਲੋਨ ਦਾ ਕੰਮ ਆ, ਇਹ ਕੋਸ਼ਿਸ਼ ਆ ਮੇਰੀ ਵੀ ਘੱਟ ਤੋਂ ਘੱਟ ਵਿਆਜ ਤੇ ਬੜੀ ਆਸਾਨੀ ਨਾਲ ਦਿੱਤਾ ਜਾਵੇ। ਦੋ ਪਹੀਆ ਵਾਹਨ ਟੂ ਵੀਲਰ ਕਰਦੇ ਹਾਂ ਜਾਂ ਫਿਰ ਅਸੀਂ ਜਿਹੜੇ ਛੋਟੇ ਦੁਕਾਨਦਾਰ ਆ ਜਿਵੇਂ ਉਹਨਾਂ ਨੇ ਕੋਈ ਮਾਲ ਪਾਉਣਾ ਅੱਗੇ ਤਾਂ ਅਸੀਂ ਉਹਨਾਂ ਨੂੰ ਉਹ ਮਾਲ ਪਾਉਣ ਲਈ ਅਸੀਂ ਉਹਨਾਂ ਨੂੰ ਇੱਕ ਲੋਨ ਜਾਂ ਕਰਜ਼ ਆਪਾਂ ਦਿੰਦੇ। ਬਲਵਿੰਦਰ ਸਿੰਘ ਜੀ, ਅੱਜ ਕਾਂਗਰਸ ਦਾ ਦਫ਼ਤਰ ਖੋਲ੍ਹਿਆ ਗਿਆ ਜੀ ਸ਼ਹਿਰ ਰਾਮਪੁਰਾ ਵਿੱਚ, ਕੀ ਕਹਿਣਾ ਚਾਹੋਗੇ ਜੀ? ਅਸੀਂ ਗੁਰਪ੍ਰੀਤ ਸਿੰਘ ਕਾਂਗੜ ਜੀ ਸਾਬਕਾ ਮੰਤਰੀ ਜੀ ਦੇ ਅਸੀਂ ਵਰਕ ਕਰਾਂਗੇ ਜੀ, ਅਤੇ ਅਸੀਂ ਉਹਨਾਂ ਵਾਹਿਗੁਰੂ ਅੱਗੇ ਅਸੀਂ ਅਰਦਾਸ ਕਰਦੇ ਹਾਂ ਜੀ ਅਤੇ ਉਹ ਜਿੱਤ ਕੇ ਆਉਣ ਜੀ ਅਤੇ ਦੁਬਾਰਾ ਫਿਰ ਮੰਤਰੀ ਦਾ ਅਹੁਦਾ ਉਹਨਾਂ ਕੋਲ ਆਵੇ ਜੀ ਅਤੇ ਸਾਡੇ ਇਲਾਕੇ ਦਾ ਵਿਕਾਸ ਹੋ ਜੀ। ਤੁਸੀਂ ਮੰਤਰੀ ਦੀ ਗੱਲ ਉਹਦੇ ਦੀ ਗੱਲ ਕਰ ਰਹੇ ਹੋ, ਕਿਹੜੇ ਕਿਹੜੇ ਆਪਣੇ ਅਹੁਦੇ ਦੇ ਵਿੱਚ ਕੰਮ ਵਿਕਾਸ ਕਰਾ ਚੁੱਕੇ ਨੇ ਰਾਮਪੁਰੇ ਹਲਕੇ ਦੇ ਜੀ? ਰਾਮਪੁਰੇ ਹਲਕੇ ਦਾ ਜਿਹੜਾ ਵਿਕਾਸ ਆ ਉਹ ਇੱਕ ਮੰਤਰੀ ਦਾ ਉਹਨਾਂ ਕੋਲ ਕਿਹੜਾ ਪਦ ਹੈ ਉਹਨੂੰ ਪਿੱਛੇ ਛੱਡ ਕੇ ਜੀ ਉਹਨਾਂ ਨੇ ਸਰਵਪੱਖੀ ਵਿਕਾਸ ਉਹਨਾਂ ਨੇ ਜੀ ਜਿਵੇਂ ਕਿ ਓਵਰ ਬ੍ਰਿਜ ਹੋ ਗਿਆ ਸਾਡੇ ਰੇਲਵੇ ਦਾ ਬਹੁਤ ਚਿਰ ਦੀ ਮੰਗ ਸੀ ਜੀ, ਐਡੀ ਛੇਤੀ ਉਹਨਾਂ ਨੇ ਉਹ ਜਿਹੜਾ ਉਹ ਡਿਵੈਲਪ ਹੋਇਆ ਪੁਲ ਅਤੇ ਬਾਕੀ ਆ ITI ਦੋ ਹੋ ਗਈਆਂ, ਉਹਨਾਂ ਨੇ ਸਰਵਪੱਖੀ ਵਿਕਾਸ ਹੀ ਕੀਤਾ ਹੈਗਾ ਇਲਾਕੇ ਦਾ ਜੀ। ਹੁਣ ਅਕਾਲੀ ਦਲ ਦਾ ਕਹਿਣਾ ਹੈ ਕਿ ਜੋ ਅੱਜ ਤੱਕ ਵੀ ਕਹਿੰਦਾ ਵੀ ਜੋ ਆਪਣੇ ਥੋੜ੍ਹੇ ਮੰਤਰੀ ਸਾਹਿਬ ਖੜੇ ਸੀਗੇ ਅੱਜ ਤੱਕ ਇਹਨੇ ਝੂਠੇ ਵਾਅਦੇ ਦਾਅਵੇ ਕੀਤੇ ਜਾ ਰਹੇ ਨੇ, ਇਹਨਾਂ ਵੱਲੋਂ ਕੋਈ ਵਿਕਾਸ ਨਹੀਂ ਕਰਾਇਆ ਗਿਆ। ਇਹ ਜਿਹੜੇ ਵਿਰੋਧੀ ਹੁੰਦੇ ਉਹ ਤਾਂ ਕਹਿੰਦੇ ਹੀ ਹੁੰਦੇ ਹੈਗੇ ਜੀ, ਚਾਹੇ ਤੁਸੀਂ ਸੋਨੇ ਦੀਆਂ ਕੰਧਾਂ ਸਾਰ ਦਿਓ ਅਤੇ ਵਿਰੋਧੀ ਨੇ ਤਾਂ ਫਿਰ ਵੀ ਕਹਿਣਾ ਵੀ ਇਹਨਾਂ ਨੇ ਕੁਛ ਨਹੀਂ ਕੀਤਾ ਜੀ। ਕੀ ਆਧਾਰ ਹੈ ਅਕਾਲੀ ਦਲ ਪਾਰਟੀ ਦਾ ਰਾਮਪੁਰ ਦੇ ਵਿੱਚ? ਇਹ ਤਾਂ ਦੇਖੋ ਤੁਸੀਂ ਪ੍ਰੈਸ ਵਾਲੇ ਹੋਗੇ ਤੁਹਾਨੂੰ ਵੱਧ ਪਤਾ ਹੈਗਾ, ਤੁਸੀਂ ਵੱਧ ਕਰੋ, ਤੁਸੀਂ ਵੱਧ ਵਿੱਚ ਤਾਂ ਦੇਖੋ ਅਸੀਂ ਤਾਂ ਇਹ ਕਹਿੰਦੇ ਹਾਂ ਵੀ ਕਿਸੇ ਵੀ ਪਾਰਟੀ ਦਾ ਕਾਂਗਰਸ ਨੂੰ ਛੱਡ ਕੇ ਕੋਈ ਜਾਣੀ ਕੋਈ 10 ਸੀਟਾਂ ਵੱਧ ਤੋਂ ਵੱਧ ਲੈ ਜੂ, ਕੋਈ 15 ਲੈ ਜੂ, ਇਸ ਤਰ੍ਹਾਂ ਦਾ ਹੀ ਉਹਨਾਂ ਦਾ ਰਹਿਣਾ ਹੈਗਾ ਜੀ। ਅਤੇ ਕਾਂਗਰਸ ਜਿਹੜੀ ਆ ਪਹਿਲਾਂ ਨਾਲੋਂ ਵੀ ਵੱਧ ਸੀਟਾਂ ਨਾਲ ਕਾਮਯਾਬ ਹੋ ਗਈ ਜੀ। ਕਾਂਗਰਸ ਸਾਹਿਬ ਦੀ ਕੰਪੇਨ ਵਿੱਚ ਆਏ ਹੋ ਤੁਸੀਂ, ਦਫ਼ਤਰ ਬੈਠੇ ਹੋ, ਆਮ ਪਾਰਟੀ ਦੀ ਕੀ ਕਹਿਣਾ ਚਾਹੋਗੇ? ਆਮ ਪਾਰਟੀ ਇੱਕ ਜੁਮਲਿਆਂ ਦੀ ਪਾਰਟੀ ਹੈ ਜੀ ਜੀ। ਦਿੱਲੀ ਵਿੱਚ ਇਹਨਾਂ ਨੇ ਕੁਛ ਨਹੀਂ ਕਰਿਆ ਜੀ ਜੀ, ਜਿਹਨੂੰ ਮਰਜ਼ੀ ਪੁੱਛੋ ਸਭ ਨੂੰ ਪਤਾ ਹੀ ਆ ਦਿੱਲੀ ਵਿੱਚ ਇਹਨਾਂ ਨੇ ਕੀ ਕਰਿਆ ਹੈਗਾ ਜੀ, ਉਹੀ ਇਹਨਾਂ ਨੇ ਪੰਜਾਬ 'ਚ ਕਰਨਾ ਜੀ, ਇਹਨਾਂ ਕੋਲ ਝੂਠ ਤੂਫਾਨ ਤੋਂ ਸਿਵਾ ਹੋਰ ਕੁਛ ਨਹੀਂ ਹੈ ਜੀ। ਤੁਸੀਂ ਜੁਮਲੇ ਦੀ ਗੱਲ ਕਰ ਰਹੇ ਹੋ, ਕੇਜਰੀਵਾਲ ਕਹਿ ਰਹੇ ਕਾਂਗਰਸ ਪਾਰਟੀ ਜੁਮਲੇ ਦੀ ਹੈ, ਚੰਨੀ ਵੀ ਜੁਮਲੇ 'ਚ ਆਪਣੇ ਆਪ ਨੂੰ ਗਰੀਬ ਬੰਦਾ ਘੁਆਉਂਦਾ, ਪਰ ਉਹਨਾਂ ਦੇ ਜਿਹੜੇ ਘਰ ਦੇ ਕਿਸੇ ਭਾਂਜੇ ਵੱਲੋਂ 10 ਕਰੋੜ ਫੜਿਆ ਗਿਆ, ਕੀ ਕਹਿਣਾ ਚਾਹੋਗੇ? ਚੰਨੀ ਸਰਕਾਰ ਜਦੋਂ ਚੰਨੀ ਜੀ ਨੂੰ ਇਹ ਮੰਨ ਕੇ ਚੱਲੋ ਜੀ ਹਲੇ ਤੱਕ ਵੱਧ ਤੋਂ ਵੱਧ 100 ਦਿਨ ਮਿਲੇ ਜੀ, ਉਹਨਾਂ ਨੇ 100 ਦਿਨਾਂ ਦੇ ਵਿੱਚ ਕਿੰਨੇ ਲੋਕਾਂ ਦੇ ਕਿੰਨੇ ਕਿੰਨੇ ਕੰਮ ਕੀਤੇ ਆ ਸਭ ਹੀ ਜਾਣਦੇ ਹਾਂ ਜੀ ਜੀ। ਚੰਨੀ ਜੀ ਇੱਕ ਗਰੀਬ ਪਰਿਵਾਰ ਤੋਂ ਹੈ, ਬਾਕੀ ਉਹਨਾਂ ਨੂੰ ਜਿਹੜੀਆਂ ਵਿਰੋਧੀ ਪਾਰਟੀਆਂ ਉਹਨਾਂ ਨੇ ਤਾਂ ਇਲਜ਼ਾਮ ਲਾਉਣੇ ਹੀ ਲਾਉਣੇ ਹੈ ਜੀ। ਇੱਕ ਯੂਥ ਦਾ ਅਹਿਮ ਰੋਲ ਹੁੰਦਾ, ਕੋਈ ਵੀ ਐਨੀਵੇ ਕੋਈ ਵੀ ਸਰਕਾਰ ਹੋਵੇ, ਕੋਈ ਕਿਸੇ ਦਾ ਵੀ ਪਾਰਟੀ ਦੀ ਆਪਣੀ ਵੋਟਿੰਗ ਹੋਵੇ, ਯੂਥ ਦਾ ਅਹਿਮ ਰੋਲ ਹੁੰਦਾ। ਇੱਕ ਤੁਸੀਂ ਯੂਥ ਹੋ, ਤੁਸੀਂ ਕੀ ਰੋਲ ਨਿਭਾ ਰਹੇ ਹੋ? ਅਸੀਂ ਆਪਣੇ ਵੱਲੋਂ ਆਪਣੇ ਨੇਤਾ ਜਿਹੜੇ ਗੁਰਪ੍ਰੀਤ ਸਿੰਘ ਕਾਂਗੜ ਜੀ ਆ ਸਾਡੇ ਜੀ, ਬਹੁਤ ਹੀ ਸਾਡੇ ਹਰਮਨ ਪਿਆਰੇ ਨੇਤਾ, ਸ਼ਹਿਰ ਦੇ ਲੋਕ ਇਹਨਾਂ ਨੂੰ ਪਸੰਦ ਕਰਦੇ ਆ, ਅਸੀਂ ਇਹਨਾਂ ਨੂੰ ਪੂਰਾ ਪਸੰਦ ਕਰਦੇ ਹਾਂ, ਅਸੀਂ ਦਿਲ ਆਪਣੇ ਦਿਲ ਜਾਣ ਤੋਂ ਇਹਨਾਂ ਦੇ ਨਾਲ ਹੈ ਜੀ, ਔਰ ਆਪਣਾ ਵੱਧ ਤੋਂ ਵੱਧ ਇਹਨਾਂ ਲਈ ਮਿਹਨਤ ਕਰਾਂਗੇ ਜੀ, ਔਰ ਸਾਨੂੰ ਪੂਰਾ ਯਕੀਨ ਹੈ ਜੇ ਦੁਬਾਰਾ ਫੇਰ ਸਰਕਾਰ ਜੀ। ਤੁਹਾਡੀ ਵੀ ਉਮਰ ਲਗਭਗ 60+ ਹੋਣੀ ਹੈ ਜੀ, ਕੀ ਕਹਿਣਾ ਚਾਹੋਗੇ ਕਾਂਗੜ ਸਾਹਿਬ ਦੇ ਲਈ, ਦਫ਼ਤਰ ਬੈਠੋ, ਕੀ ਕਹਿਣਾ ਚਾਹੋਗੇ? ਇਹ ਕਾਂਗੜ ਸਾਹਿਬ ਸਾਡੇ ਹਰਮਨ ਪਿਆਰੇ ਨੇਤਾ ਜੀ, ਦੇਖੋ ਪਹਿਲਾਂ ਵੀ ਮੰਤਰੀ ਰਹੇ ਨੇ ਉਹ ਜੀ, ਅਤੇ ਵਧੀਆ ਵੋਟ 'ਤੇ ਜਿੱਤੇ ਸੀਗੇ ਜੀ, ਹੁਣ ਵੀ ਲੋਕਾਂ ਦੇ ਵਿਕਾਸ ਦੇ ਕੰਮ ਕਰਾਇਆ, ਸ਼ਹਿਰ 'ਚ ਵਧੀਆ ਕੰਮ ਕਰਾਇਆ ਜੀ, ਹੋਰ ਬ੍ਰਿਜ ਬਣਾਇਆ, ਪਾਲੇ ਪਾਸੇ ਲੜਕੀ ਦੇ ਸਕੂਲ ਹੈ ਸਾਡੇ, ਜਾ ਕੇ ਦੇਖੋ ਬਹੁਤ ਵੱਡਾ ਖੂਹ ਸੀ ਉਹ, ਅੱਜ ਜਾ ਕੇ ਉਹ ਸ਼ਾਨਦਾਰ ਬਿਲਡਿੰਗ ਬਣੀ ਹੈ ਜੀ, ਗੌਰਮੈਂਟ ਸਕੂਲ ਬਣਿਆ ਇੱਧਰਲੇ ਪਾਸੇ ਜੀ, ਬਾਕੀ ਸੜਕਾਂ ਗਲੀਆਂ ਨਾਲੀਆਂ ਕਾਲੀਆਂ ਦਾ ਇਹ ਕੰਮ ਸੀਗੇ ਜੀ, ਉਹ ਵਧੀਆ ਆਧਾਰ 'ਤੇ ਜਿੱਤੇ ਹੋਇਆ ਸਾਰਾ ਜੀ, ਦੁਬਾਰਾ ਲੋਕ ਸਾਥ ਦੇਣਗੇ ਜੀ ਜੀ, ਜਿੱਤਣਗੇ ਵਧੀਆ ਵੋਟ ਰਹੇ ਜਿੱਤਣਗੇ ਜੀ। ਤੁਸੀਂ ਆਪਣਾ ਮੁੱਖ ਮੁਕਾਬਲਾ ਕਿਹਦੇ ਨਾਲ ਮਾਰਦੇ ਹੋ?
ਛੱਡਦਾ ਕਿਸੇ ਨੇ ਵੀ ਨਹੀਂ ਜੀ ਅਸੀਂ ਆਪਦੇ ਸੋਚੀਏ ਜੀ ਇਹ ਤਾਂ ਹੁਣ ਆਪ ਇਹਦੀ ਲੜੀ ਜਾਂਦੇ ਦੂਜੀ ਦੀ ਲੜਾਈ ਵਾਸਤੇ ਜੀ ਆਮ ਕਹਿੰਦੇ ਅਸੀਂ 100 ਸੀਟ ਲੈ ਕੇ ਜਾਵਾਂਗੇ ਅਕਾਲੀ ਕਹਿੰਦੇ ਅਸੀਂ ਆਮ ਲੈ ਕੇ ਜਾਵਾਂਗੇ ਹੁਣ ਤੁਹਾਡੇ ਚੈਨਲ ਰਾਤ ਦੱਸੀ ਜਾਂਦੇ ਨੇ ਤੁਹਾਡੇ ਚੈਨਲ ਅਕਾਲੀ ਦਲ ਨੂੰ ਕਿੱਥੇ ਕਢਾਈ ਖੜੇ ਆ ਜੀ ਅਸੀਂ ਤਾਂ ਕਢਾਇਆ ਨਹੀਂ ਸਰ चंद बंदे तुरे फिरते हैं भाजपा के ना जुड़े हुए उन्हें वर्क करना पार्टी का वर्क करना जी हक बनता ही करना जी जी कैप्टन साहब का भाजपा सरकार नाल एनडीए गठजोड़ हो गया की कहना चाहोगे देखो जी कैप्टन साहब का एक बहुत बढ़िया कट सी जी इन कोई शक्ल ही जीरो कर जीरो ने आपके आप ही आपकी मतलब साढ़े इलाके के वो रहने वाले महाराज पिंड के रहने वाले है उन्हें आप ही मतलब ये पैर से कुहाड़ा मारिया भी पार्टी छड़ के दूजे ने जाके रलना ये भी एक चंगी गल है ਕੈਪਟਨ ਸਾਹਿਬ ਕਹਿੰਦੇ ਮੈਂ ਤਾਂ ਵਿਕਾਸ ਬਹੁਤ ਕਰਵਾਇਆ ਜੀ ਬਿਲਕੁਲ ਕਰ ਤਾਂ ਲੋਕ ਦੱਸਣਗੇ ਜੀ ਜੀ ਕਾਂਗਰਸ ਸਾਹਿਬ ਦੀ ਜਿੱਤ ਜਿਤੀਨੀ ਹੈ ਇੱਥੇ ਅਸੀਂ ਪੂਰੇ ਵਧੀਆ ਵੋਟਾਂ ਨਾਲ ਉਹਨਾਂ ਨੂੰ ਪਿਛਲੀ ਵਾਰ ਵੱਧ ਰੀਡਿੰਗ ਨਾਲ ਸਰਕਾਰ ਦੀ ਗੱਲ ਕਰ ਰਹੇ ਹੋ ਕਿਸ ਕਿਹੜੇ ਮੁੱਦੇ ਤੁਸੀਂ ਗੱਲ ਕਰ ਰਹੇ ਹੋ ਜਿਹੜੀ ਸਰਕਾਰ ਦੁਆਰਾ ਬਣਦਾ ਹੈ ਤੁਸੀਂ ਕਹਿ ਰਹੇ ਹੋ ਨਹੀਂ ਕੰਮ ਪੂਰੇ ਵਧੀਆ ਹੋਇਆ ਜੀ ਅਗਲੇ 3 ਮਹੀਨੇ ਤੁਸੀਂ ਚੈੱਕ ਕਰ ਲਓ ਦੇਖ ਲਓ ਚੰਨੀ ਸਾਹਿਬ ਨੇ ਹਰੇਕ ਗਰੀਬ ਬੰਦਾ ਖੁਸ਼ ਹੈ ਚੰਗੇ ਚੰਗੇ ਉਹਨਾਂ ਸਾਰੇ ਵਪਾਰੀ ਖੁਸ਼ ਕੀਤਾ ਹੋਇਆ ਜਿਹੜੇ ਵਾਅਦੇ ਸੀ ਸਾਰੇ ਪੂਰੇ ਹੋਏ ਨੇ ਜੀ ਕੁੱਲ ਮਿਲਾ ਕੇ ਵੀ ਸਰਕਾਰ ਦੁਆਰਾ ਬਣਨ ਜਾ ਰਹੀ ਹੈ ਬਹੁਤ ਵਧੀਆ ਮਾਹੌਲ ਕਾਂਗਰਸ ਸਾਹਿਬ ਨੇ ਕੀ ਕਹਿਣਾ ਚਾਹੋ ਜੀ ਕਾਂਗੜ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ ਜੀ ਅੱਜ ਤੁਸੀਂ ਸ਼ਹਿਰ 'ਚ ਕਿਹਦੀ ਪਤਾ ਕਰ ਸਕਦੇ ਹੋ ਵੱਡੇ ਵੱਡੇ ਕਰੋੜਾਂ ਰੁਪਏ ਪ੍ਰੋਜੈਕਟ ਲੈ ਕੇ ਆਏ ਨੇ ਉਹ ਤੁਹਾਡੇ ਸਾਹਮਣੇ 70 ਕਰੋੜ ਰੁਪਏ ਦਾ ਪੁੱਲ ਬਣ ਰਿਹਾ ਹੋਰ ਬਹੁਤ ਵੱਡੇ ਵੱਡੇ ਵਿਕਾਸ ਕਰਾਏ ਨੇ ਉਹਨਾਂ ਨੇ ਸ਼ਹਿਰ 'ਚ ਕੋਈ ਕਮੀ ਨਹੀਂ ਛੱਡੀ ਇਸ ਟਾਈਮ ਬਹੁਤ ਵਧੀਆ ਮਾਹੌਲ ਆ ਸਭ ਤੋਂ ਵੱਡੀ ਗੱਲ ਇਹ ਹੈ ਵੀ ਸੁੱਖ ਸ਼ਾਂਤੀ ਵਾਲਾ ਮਾਹੌਲ ਹੈ ਜੋ ਪਿਛਲੇ 10 ਸਾਲਾਂ ਦੇ ਵਿੱਚ ਰਿਹਾ ਇੱਥੇ ਦਹਿਸ਼ਤ ਸੀ ਲੋਕਾਂ ਦੇ ਵਿੱਚ ਮੰਨ ਲਓ ਕਿਸੇ ਨੇ ਕੋਈ ਅਕਾਲੀ ਦਲ ਦੇ ਖਿਲਾਫ਼ ਬੋਲਤਾ ਕੋਈ ਹੋਰ ਬੋਲਤਾ ਬੰਦਾ ਉਸ ਨੂੰ ਉੱਥੇ ਆਉਂਦਾ ਨਹੀਂ ਸੀ ਦੂਜੇ ਸ਼ਹਿਰ ਦੇ ਵਿੱਚ ਤੁਸੀਂ ਕਹਿ ਰਹੇ ਹੋ ਅਕਾਲੀ ਦਲ ਦੀ ਪੂਰੀ ਗੁੰਡਾ ਕਰਦੀ ਸੀ ਹਾਂਜੀ ਪੂਰੀ ਜੀ ਪੂਰੀ ਪਿੰਡ ਮਹਿਰਾਜ ਦੇ ਵਿੱਚ ਨਸ਼ੇ ਦਾ ਗੜ੍ਹ ਬਣ ਚੁੱਕਿਆ ਹੈਗਾ ਅਤੇ ਕਈ ਲੋਕਾਂ ਦੀ ਉੱਥੇ ਜਾਨ ਵੀ ਜਾ ਚੁੱਕੀ ਹੈਗੀ ਉਹਦੇ ਬਾਰੇ ਕੀ ਕਹੋਗੇ ਇਹ ਤਾਂ ਸਭ ਅਫਵਾਹ ਹੈ ਜੀ ਕੋਈ ਨਸ਼ੇ ਦਾ ਗੜ੍ਹ ਨਹੀਂ ਬਣਿਆ ਹੋਇਆ ਸਾਰਾ ਸਭ ਸਹੀ ਹੈ ਕੁਛ ਵੀ ਨਹੀਂ ਹੈ ਇਹ ਤਾਂ ਬਸ ਗਲਤ ਅਫਵਾਹ ਕਿੰਨੀਆਂ ਮਰਜ਼ੀ ਦਾ ਬੜਾਈ ਆ ਸੱਤਾ ਵਿੱਚ ਆਉਣ ਤੋਂ ਬਾਅਦ ਪਹਿਲ ਦੇ ਆਧਾਰ 'ਤੇ ਕੀ ਮੋਟਿਵ ਹੋਣਗੇ ਨਹੀਂ ਪਹਿਲ ਦੇ ਆਧਾਰ 'ਤੇ ਬਸ ਇਹੀ ਹੈ ਜੀ ਵੀ ਜੋ ਕੁਛ ਵਾਅਦੇ ਚਲੋ ਆਪਾਂ ਰਹਿ ਗਏ ਜਾਂ ਹੋਰ ਕੋਈ ਨਵੇਂ ਕਰਨੇ ਆ ਵੀ ਉਹ ਪੂਰੇ ਕਿਤੇ ਆਉਣਗੇ ਯੂਥ ਹੈ ਨੌਕਰੀਆਂ ਇਹਨਾਂ ਨੂੰ ਸਾਰੇ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਜਾਊਗਾ ਅੱਜ ਕੱਲ੍ਹ ਐਜੂਕੇਸ਼ਨ ਇੱਕ ਮੇਨ ਮੁੱਦਾ ਬਣ ਚੁੱਕਿਆ ਹੈ ਉਹਦੇ ਲਈ ਕੋਈ ਪਲਾਨ ਸੋਚਿਆ ਗਿਆ ਹੈਗਾ ਜੀ ਐਜੂਕੇਸ਼ਨ ਦਾ ਮਾਹੌਲ ਸਭ ਤੋਂ ਵਧੀਆ ਜੀ ਅੱਜ ਵੀ ਤੁਸੀਂ ਚੈੱਕ ਕਰ ਸਕਦੇ ਹੋ ਅੱਜ 6 ਮਹੀਨੇ ਪਹਿਲਾਂ ਸਰਵੇ ਹੋਇਆ ਸੀ ਪੂਰੀ ਇੰਡੀਆ ਦੇ ਵਿੱਚ ਜਦੋਂ ਪੰਜਾਬ ਦੇ ਸਕੂਲ ਪਹਿਲੇ ਨੰਬਰ 'ਤੇ ਕੱਢੇ ਗਏ ਨੇ ਐਜੂਕੇਸ਼ਨ ਦੇ ਵਿੱਚ ਅੱਜ 14,000 ਦੇ ਕਰੀਬ ਸਮਾਰਟ ਸਕੂਲ ਬਣਾ ਦਿੱਤੇ ਗਏ ਨੇ ਪੰਜਾਬ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਰਾਮਪੁਰੇ ਵੀ 2 ਸਕੂਲ ਹੈਗੇ ਨੇ ਕੇਜਰੀਵਾਲ ਸਾਹਿਬ ਚਮਕੌਰ ਸਾਹਿਬ ਜੋ ਕਿ ਚੰਨੀ ਦਾ ਪਿੰਡ ਹੈ ਉੱਥੇ ਜਾ ਕੇ ਗੱਲ ਕਰਕੇ ਆਏ ਨੇ ਅਤੇ ਉਹਨਾਂ ਦੇ ਲੋਕਾਂ ਦਾ ਕਹਿਣਾ ਕਿ ਇੱਥੇ ਸਰਕਾਰੀ ਸਕੂਲ ਦੇ ਵਿੱਚ ਕੋਈ ਸੁਵਿਧਾ ਨਹੀਂ ਦਿੱਤੀ ਜਾਂਦੀ ਪਰ ਤੁਸੀਂ ਕਹਿ ਰਹੇ ਹੋ ਕਿ ਇੱਥੇ ਸੁਵਿਧਾ ਬਹੁਤ ਵਧੀਆ ਦਿੱਤੀ ਜਾ ਰਹੀ ਹੈ ਸੁਵਿਧਾ ਬਹੁਤ ਦਿੱਤੀ ਜਾ ਰਹੀ ਸਾਰੇ ਪੰਜਾਬ 'ਚ ਚੈੱਕ ਕਰ ਸਕਦੇ ਹੋ ਰਾਮਪੁਰਾ ਸਕੂਲ ਦੇ ਵਿੱਚ 2 ਸਕੂਲ ਅਵੇਲੇਬਲ ਨੇ ਇਸ ਟਾਈਮ ਜੋ ਸਮਾਨ ਜੋ ਸੰਸਥਾ ਵਿੱਚ ਵੀ ਜੋ ਸਹੂਲਤਾਂ ਸਾਰ ਸਰਕਾਰੀ ਸਕੂਲ ਦੇ ਵਿੱਚ ਨੇ ਉਸ ਨੂੰ ਪ੍ਰਾਈਵੇਟ ਸਕੂਲਾਂ 'ਚ ਵੀ ਦੇਖੋ ਨਹੀਂ ਮਿਲ ਰਹੀਆਂ ਸਰ ਤੁਸੀਂ ਕਾਂਗਰਸ ਦੇ ਜਿਹੜੇ ਮੁੱਖ ਦਫ਼ਤਰ ਦੇ ਇੰਚਾਰਜ ਬਣਾਏ ਗਏ ਹੋ ਅਤੇ ਆਪਣੇ ਵੋਟਰ ਅਤੇ ਸਪੋਰਟਰਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਵੀ 5 ਸਾਲ ਤੁਸੀਂ ਕਾਂਗਰਸ ਸਾਹਿਬ ਦਾ ਕੰਮ ਦੇਖਿਆ ਕਾਂਗਰਸ ਸਰਕਾਰ ਦਾ ਕੰਮ ਦੇਖਿਆ ਉਹਦੇ ਆਧਾਰ 'ਤੇ ਇਹ ਅਸੀਂ ਵੋਟਾਂ ਮੰਗਦੇ ਹਾਂ ਸੋ ਆਉਣ ਵਾਲੀ ਜਿਹੜੀ 20 ਤਰੀਕ ਨੂੰ ਕਾਂਗੜ ਸਾਹਿਬ ਦੇ ਲਈ ਤੁਸੀਂ ਵੱਧ ਤੋਂ ਵੱਧ ਵੋਟ ਕਰੋ ਤਾਂ ਜੋ ਉਹ ਆਪਣੇ ਇਲਾਕੇ ਦਾ ਜਿਹੜਾ ਰਹਿੰਦੇ ਕੰਮ ਹੈ ਉਹ ਕਰ ਸਕਣ ਅਤੇ ਸਾਡਾ ਜਿਹੜਾ ਇਲਾਕਾ ਹੈ ਵਧੀਆ ਉਹ ਵਿਕਾਸ ਉੱਥੇ ਹੋਵੇ ਇਹੀ ਚਾਹੁੰਦੇ ਹਾਂ ਗੁਰਪ੍ਰੀਤ ਸਿੰਘ ਕਾਂਗੜ ਕਾਂਗਰਸ ਪਾਰਟੀ ਕਾਂਗਰਸ ਪਾਰਟੀ